ਉਹ ਜੇ ਤੁਸੀਂ ਵਜ਼ੀਰ ਬਣਾ ਛੱਡੇ, ਇੱਕ ਹੋਰ ਦੀ ਵੀਡੀਓ ਮੈਂ ਇਹਦੇ ਕੋਲ ਆਈ ਹੈ, ਵੇਖੋ ਬੇਸ਼ਰਮ ਏਡੇ ਕੁ ਨੇ। ਭਗਵੰਤ ਮਾਨ ਨੇ ਵੀਡੀਓ ਵੇਖ ਲਈ ਹੈ, ਮੈਂ ਤੁਹਾਨੂੰ ਕਹਿੰਦਾ, ਮਗਰ ਇਹਨੂੰ ਸ਼ਰਮ ਨਾ ਆਈ ਕਿ ਉਹ ਜੇ ਮਿਨਿਸਟਰ ਨੂੰ ਬਰਖਾਸਤ ਕਰ ਦੇਵੇ। ਔਰ ਮੈਂ ਕਿਸੇ ਦੀ ਵੀਡੀਓ ਜਨਤਕ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹਦੇ ਵੀ ਬੱਚੇ ਨੇ, ਉਹਦੇ ਵੀ ਪਰਿਵਾਰ 'ਚ ਧੀ ਪੁੱਤ ਨੇ। ਮੈਂ ਬੜੀਆਂ ਦਵਾਈਆਂ ਦੇ ਦਿੱਤੀਆਂ, ਮੈਂ ਬਾਬਾ ਉਹਨੂੰ ਲਾ ਦਿਓ ਗਲੋ, ਢਕੀ ਰਵੇ, ਇਹ ਜਿਹਾ ਵਜ਼ੀਰ ਨਹੀਂ ਚਾਹੀਦਾ। ਮਗਰ ਮੈਨੂੰ ਹੁਣ ਸਮਝ ਆਈ ਇਹ ਜੇ ਬੇਸ਼ਰਮਾ ਨਾਲ ਵਾਹ ਪਿਆ ਕਿ ਜਦ ਤੱਕ ਮੈਂ ਕਿਸੇ ਟਿਕਾਣੇ ਸਿਰ ਵੀਡੀਓ ਦੇ ਨਹੀਂ ਦਿੰਦਾ, ਜਦ ਤੱਕ ਇਹਨਾਂ ਦੀ ਇਨਕੁਆਇਰੀ ਹੋ ਨਹੀਂ ਜਾਂਦੀ, ਇਹ ਬੇਸ਼ਰਮਾ ਨੇ ਹਟਣਾ ਨਹੀਂ। ਇਹ ਜੇ ਲੋਕ ਨੇ, ਮਤਲਬ ਕਮਾਲ ਹੋ ਗਈ ਜੀ, ਉੱਤੋਂ ਤੁਸੀਂ ਕਰੋ ਚੋਰੀ, ਉੱਤੋਂ ਸੀਨਾ ਚੋਰੀ, ਮਤਲਬ ਇਹ ਕਮਾਲ ਦੀ ਪੋਲਿਟਿਕਸ ਚੱਲ ਰਹੀ ਹੈ ਪੰਜਾਬ 'ਚ। ਇਸ ਲਈ ਪੰਜਾਬ ਨੂੰ ਜੇ ਬਚਾਉਣਾ, ਜੇ ਪਿੰਡਾਂ ਦੇ ਹਾਲਾਤ ਸੁਧਾਰਨੇ ਹੈ, ਜੇ ਪੰਜਾਬ ਨੂੰ ਇਹ ਰਿਮੋਟ ਕੰਟਰੋਲ 'ਚੋਂ ਤੁਸੀਂ ਇਹ ਮੁਕਤੀ ਦਿਵਾਉਣੀ ਹੈ, ਤੁਸੀਂ ਆਹ ਵੇਖ ਲਓ ਸੁਲਤਾਨਪੁਰ ਲੋਧੀ ਕੀ ਹੋਇਆ। ਗੁਰਪੁਰਬ ਦੇ ਦਿਨ ਹੋਣ, ਅਕਾਲ ਬੂੰਗਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਬੇਰ ਸਾਹਿਬ ਦੇ ਸਾਹਮਣੇ ਆ, ਅੰਮ੍ਰਿਤ ਵੇਲੇ ਦਾ ਸਮਾਂ ਹੋਵੇ, ਪ੍ਰਭਾਤ ਫੇਰੀਆਂ ਨਿਕਲਦੀਆਂ ਹੁਣ, ਕੀ ਇਸ ਬਦਲਾਅ ਨੂੰ ਵੋਟਾਂ ਪਾਈਆਂ ਸਨ ਕਿ ਉੱਥੇ ਜਾ ਕੇ 500 ਫੈਰ ਕਰਨ? ਸਿਰਫ ਇਸ ਲਈ ਕਿਉਂਕਿ ਜੇ ਇਸ ਧਿਰ ਨੂੰ ਉੱਥੇ ਕਾਬਜ ਕਰਨਾ ਸੀ, ਮੈਨੂੰ ਬਾਬਿਆਂ ਨਾਲ ਕੋਈ ਨਹੀਂ, ਚਾਹੇ ਬਾਬੇ ਬਲਬੀਰ ਹੋਣ, ਚਾਹੇ ਬਾਬਾ ਮਾਨ ਸਿੰਘ ਹੋਣ, ਮਗਰ ਮੈਨੂੰ ਇਸ ਗੱਲ ਨਾਲ ਪ੍ਰੋਬਲਮ ਹੈ ਕਿ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਪਾਠ ਖੰਡਿਤ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ, ਨਿਹੱਤਿਆਂ 'ਤੇ ਫੈਰ ਕਰਨ ਦੀ ਇਜਾਜ਼ਤ ਨਹੀਂ ਹੈ। ਸਾਧ ਸੰਗਤ ਜੀ, ਜਿੰਨਾ ਫੈਰ ਉੱਥੇ ਹੋਇਆ, ਜੇ ਉਹ ਅਖੰਡ ਪਾਠ ਸਾਹਿਬ ਖੰਡਿਤ ਹੋਏ, ਜੋ ਹਾਲਾਤ ਉੱਥੇ ਪੈਦਾ ਕੀਤੇ, ਸਿਰਫ ਇਸ ਲਈ ਕਿਉਂਕਿ ਭਗਵੰਤ ਮਾਨ ਨੇ ਆਪਦੀ ਭੈਣ ਜਿੱਥੇ ਪੜ੍ਹਾਉਂਦੀ ਸੀ ਉਹਦੀ ਗੱਲ ਪਗਾਉਣੀ ਸੀ। ਸਾਧ ਸੰਗਤ ਜੀ, ਇਹ ਹਾਲਾਤ ਪੰਜਾਬ ਦੇ ਬਣ ਗਏ, ਇਸ ਲਈ ਤੁਹਾਨੂੰ ਸਿਆਣੇ ਬਣਨਾ ਪੈਣਾ, ਸੁਚੇਤ ਹੋਣਾ ਪੈਣਾ। ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਉਹ ਦਿਲ ਦੂਰ ਨਹੀਂ, ਜਦੋਂ ਦਿੱਲੀ ਵਾਲਿਆਂ ਦੇ ਕੋਲ ਅੱਜ ਪੰਜਾਬ ਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ, ਦਿੱਲੀ ਤੋਂ ਲਿਆ ਲਿਆ ਬੱਚਿਆਂ ਨੂੰ ਇੱਥੇ ਭਰਤੀ ਕਰਕੇ ਲੱਖ ਲੱਖ ਰੁਪਈਆ ਤਨਖਾਹ, 5-5 ਗਨਮੈਨ, ਜਿੰਨੀਆਂ ਪੋਸਟਾਂ ਨੇ ਵੱਡੀਆਂ, ਸਾਰਿਆਂ 'ਤੇ ਕਾਬਜ ਦਿੱਲੀ ਵਾਲੇ ਕਰਾ ਦਿੱਤੇ ਆ। ਜਿਹੜਾ ਪੰਜਾਬ ਖੁਦ ਮੁਖਤਿਆਰੀ ਬਾਰਡਰ 'ਤੇ ਤੁਸੀਂ ਲੜੋ, ਦੇਸ਼ ਦੀ ਆਜ਼ਾਦੀ ਲਈ ਤੁਸੀਂ ਲੜੋ, ਮਗਰ ਜਦੋਂ ਤੁਹਾਡੇ ਫੈਸਲੇ ਲੈਣ ਦੀ ਵਾਰੀ ਆਵੇ ਤਾਂ ਦਿੱਲੀ ਕਰੇ ਕਿ ਇਹ ਬਰਦਾਸ਼ਤ ਹੈ ਜੀ, ਨਹੀਂ ਬਰਦਾਸ਼ਤ ਹੈ ਤਾਂ ਤਗੜੇ ਹੋ ਜਾਓ। ਤਗੜੇ ਹੋ ਕੇ ਇਹਨਾਂ ਨੂੰ ਹੁਣ ਭਾਵੇਂ ਇੱਕ ਵਾਰੀ ਠੱਗੇ ਗਏ ਆ, ਮਗਰ ਗਾਹ ਇਹਨਾਂ ਦੀਆਂ ਚੀਕਾਂ ਜੇ ਕਢਾਉਣੀਆਂ ਤਾਂ ਇੱਕ ਵਾਰੀ ਜਕਾਰਾ ਛੱਡ ਦਿਓ, ਜੇ ਝਾੜੂ ਦੀ ਚੀਕਾਂ ਕਢਾਉਣੀਆਂ ਚਰਾਉਣੀਆਂ। ਸਤਿ ਸ੍ਰੀ ਅਕਾਲ। ਇਸ ਲਈ ਇਹ ਗੱਲਾਂ ਮੈਂ ਤਾਂ ਕਰਦਾ ਕਿਉਂਕਿ ਉਦੋਂ ਲੋਕਾਂ ਦਾ, ਗਰੀਬਾਂ ਦਾ ਦਰਦ ਦੇ ਸਨ। ਮੈਨੂੰ ਯਾਦ ਆ ਆਟੇ ਦਾਲ ਵਰਗੀ ਸਕੀਮ, ਹੁਣ ਕਿੰਨਿਆਂ ਕਿਤੇ ਕਾਰਡ ਕੱਟੇ ਗਏ, ਕਿਹੜਾ ਪਿੰਡ ਆ ਜਿਹਦੇ ਕਾਰਡ ਨਾ ਕੱਟੇ ਜਾ ਗਏ ਹੋਣ? ਕਾਰਡ ਕੱਟਦੇ ਇਸ ਲਈ ਆ, ਕਹਿੰਦੇ ਪੈਸੇ ਨਹੀਂ। ਪਰ ਕੇਜਰੀਵਾਲ ਨੂੰ ਜਦੋਂ ਜਹਾਜ਼ ਤੇ ਹੂਟਾ ਦੇਣਾ ਹੁੰਦਾ ਉਦੋਂ ਪੈਸੇ, ਜਦੋਂ ਵਜ਼ੀਫਾ ਸੀ ਬੱਚਿਆਂ ਦਾ ਬੰਦ ਕਰਨਾ ਹੋਵੇ ਉਦੋਂ ਪੈਸੇ ਨਹੀਂ ਦੇਣਾ ਹੁੰਦਾ ਉਦੋਂ ਪੈਸੇ
ਮੁਲਾਜ਼ਮਾਂ ਦਾ ਟੀਏ ਡੀਏ ਬੰਦ, ਮਗਰ ਜਦੋਂ ਕੇਜਰੀਵਾਲ ਨੂੰ ਜਹਾਜ਼ ਤੇ ਹੂਟਾ ਦੇਣਾ ਹੋਵੇ ਉਦੋਂ ਪੈਸੇ ਖਜ਼ਾਨੇ 'ਚ ਆ ਜਾਂਦੇ ਆ ਇਹਨਾਂ ਕੋਲ। ਬੜੀ ਵੱਡੀ ਗਿਣਤੀ ਹੈ। ਅੱਜ ਲਾਅ ਐਂਡ ਆਰਡਰ ਦੇ ਇਹ ਜਿਹੇ ਹਾਲਾਤ ਹੈ, ਮੈਨੂੰ ਲੱਗਦਾ ਜਿਵੇਂ ਉਹ ਲੰਡੇ ਉਰੀ, ਉਹ ਲਾਰੈਂਸ ਬਿਸ਼ਨੋਈ ਉਰੀ, ਜੱਗੂ ਭਗਵਾਨਪੁਰੀ ਰਹਿੰਦੀ ਫੋਨ 'ਤੇ ਹੈ, ਜਿਹਦੇ ਘਰ ਚਲੇ ਜਾਓ ਕਹਿੰਦਾ ਸਰ ਜੀ ਮੈਨੂੰ ਵੀ ਫੋਨ ਆ ਗਿਆ, ਮੈਨੂੰ ਵੀ ਫੋਨ ਆ ਗਿਆ। ਮੈਨੂੰ ਲੱਗਦਾ ਕੇਜਰੀਵਾਲ ਅਤੇ ਭਗਵੰਤ ਨੇ ਇਹਨਾਂ ਨੂੰ ਫੋਨ ਹੀ ਬਗੈਰ ਚਾਰਜ ਤੋਂ ਹੀ ਚੱਲਦਾ, ਕਾਲਿੰਗ ਫਰੀ ਹੈ। ਜਿਹੜੇ ਦੁਕਾਨਦਾਰ ਕੋਲ ਚਲੇ ਜਾਓ, ਜਿਹੜੇ ਆੜਤੀਏ ਕੋਲ ਚਲੇ ਜਾਓ, ਕਿਸੇ ਹੋਟਲ ਵਾਲੇ ਕੋਲ ਚਲੇ ਜਾਓ, ਕਿਸੇ ਸਹੀਦੇ ਬੰਦੇ ਕੋਲ ਚਲੇ ਜਾਓ, ਬਾਦਲ ਸਾਹਿਬ ਲਾਅ ਐਂਡ ਆਰਡਰ ਦੇ ਹਾਲਾਤ ਹੋ ਗਏ ਆ ਕਿ ਕੋਈ ਚੱਜ ਦੀ ਗੱਡੀ 'ਚ ਜਾਂ ਚੱਜ ਦਾ ਘਰ 'ਚ ਰਹਿ ਕੇ ਰਾਜ਼ੀ ਨਹੀਂ ਕਿ ਪਤਾ ਨਹੀਂ ਸਵੇਰੇ ਕਦੋਂ ਬੁਲਾਵਾ ਆ ਜਾਣਾ ਇਹਨਾਂ ਦਾ। ਮੈਂ ਇੱਕ ਸਿੰਗਰ ਦੇ ਪ੍ਰੋਗਰਾਮ 'ਤੇ ਹੋ ਕੇ ਆਇਆ, ਮੈਂ ਉਹਦਾ ਨਾਂ ਨਹੀਂ ਲੈਂਦਾ। ਮੈਂ ਕਿਹਾ ਯਾਰ ਬੜਾ ਪ੍ਰੋਗਰਾਮ ਮੱਠਾ ਜਿਹਾ ਕੀਤਾ। ਕਹਿੰਦੇ ਜੀ ਜਾਨ ਨਹੀਂ ਬਚਾਉਣ ਡੇ, ਇੱਕ ਦਾ ਫੋਨ ਆਈ ਜਾਂਦਾ ਕਿ ਇੰਨੇ ਕਲਾ ਦੇ, ਹੁਣ ਸਾਨੂੰ ਸਮਝ ਨਹੀਂ ਆਉਂਦੀ ਵਿਆਹ ਕਰਾਈਏ ਕਿ ਉਹਨੂੰ ਕਲਾ ਦਈਏ, ਕੁਛ ਨਾ ਕੁਛ ਹਾਲਾਤ ਇਹ ਬਣ ਗਏ ਆ। ਚਲੋ ਮੈਂ ਇਹਨਾਂ ਗੱਲਾਂ ਵੱਲ ਜ਼ਿਆਦਾ ਨਹੀਂ ਜਾਂਦਾ, ਤੁਸੀਂ ਸਾਰੇ ਸਮਝ ਸਿਆਣੇ ਹੋ, ਮਗਰ ਤੁਹਾਨੂੰ ਬੇਨਤੀ ਹੈ ਕਿ ਤੁਹਾਨੂੰ ਆਉਣ ਵਾਲੀ ਪੀੜ੍ਹੀ ਮਾਫ ਨਾ ਕਰੂ। ਸਾਡੇ 'ਚ ਨੁਕਸ ਹੋਣੇ, ਮਗਰ ਮੈਂ ਸਮਝਦਾ ਕਿ ਜਿੰਨਾ ਬੇੜਾ ਗਰਗ ਪੰਜਾਬ ਦਾ ਇਹ ਝਾੜੂ ਵਾਲੀ ਪਾਰਟੀ ਨੇ ਕਰਤਾ, ਇੰਨਾ ਸ਼ਾਇਦ ਹਾਲਾਤ ਕਦੇ ਪਹਿਲਾਂ ਕਦੇ ਬਣੇ ਨਹੀਂ। ਕਰਜ਼ਾ ਵਧਾ ਤਾ, ਸਹੂਲਤ ਹੈ ਕੋਈ ਨਹੀਂ, ਕੰਮ ਕੋਈ ਹੁੰਦਾ ਨਹੀਂ, ਸੁਣਵਾਈ ਕੋਈ ਹੈ ਨਹੀਂ। ਮੁਲਾਜ਼ਮ ਧਰਨੇ 'ਤੇ, ਜਿਹੜੇ ਬੇਰੁਜ਼ਗਾਰ ਨੇ ਉਹ ਧਰਨੇ 'ਤੇ, ਜਿਹੜੇ ਮੰਤਰੀਆਂ ਦੇ ਨਾਂ 'ਤੇ, ਜਿਹੜੇ ਓਫੀਸ਼ੀਅਲ ਇਹਨਾਂ ਦਾ ਸਟਾਫ ਹੈ ਉਹ ਧਰਨੇ 'ਤੇ, ਅਤੇ ਸਾਧ ਸੰਗਤ ਜੀ 'ਤੇ ਫਿਰ ਕੰਮ ਕਿਹੜਾ ਹੁੰਦਾ? ਸਕੂਲ ਬਦਲ ਗਏ ਜੀ, ਕੋਈ ਆਮ ਆਦਮੀ ਕਹਿੰਦੇ ਕਲੀਨਿਕ ਖੋਲ੍ਹੇ, ਕੋ ਹੋ ਗਿਆ ਜੀ ਇਲਾਜ? ਕੀ ਇਲਾਜ 'ਚ ਫਰਕ ਆਇਆ, ਸਕੂਲਾਂ 'ਚ ਫਰਕ ਆਇਆ? ਹਾਂ, ਮਗਰ ਇਸ਼ਤਿਹਾਰ ਦੀ ਤਾਂ ਢੁੱਕੀ ਘੜ ਛੱਡੀ, ਹਜ਼ਾਰ ਕਰੋੜ ਖਰਚ ਕਰਤਾ ਇਸ਼ਤਿਹਾਰ। ਜੇ ਇਸ਼ਤਿਹਾਰ ਵੇਖੋ ਤਾਂ ਤਮਿਲਨਾਡੂ ਵੀ ਇਸ਼ਤਿਹਾਰ ਲੱਗਦਾ ਕੇਜਰੀਵਾਲ ਦਾ, ਭਗਵੰਤ ਮਾਨ ਦਾ, ਕਿ ਜੇ ਮੁਫ਼ਤ ਇਲਾਜ ਕਰਾਉਣਾ ਤਾਂ ਅਟਾਰੀ ਵਾਲੇ ਹਸਪਤਾਲ ਖੋਲ੍ਹਿਆ ਨਾ, ਰਣੀਕੇ 'ਚ ਵੀ ਰਣੀਕੇ ਸਾਹਿਬ ਖੋਲ੍ਹਿਆ ਨਾ ਕਲੀਨਿਕ। ਮੈਂ ਚੇਨਈ ਗਿਆ ਸੀ, ਉੱਥੇ ਲੱਗਿਆ ਸੀ ਇਸ਼ਤਿਹਾਰ ਪੂਰੇ ਸਫ਼ੇ ਦਾ ਭਗਵੰਤ ਮਾਨ ਦਾ, ਜਾਏ ਨਾ ਜੇ ਮੁਫ਼ਤ ਇਲਾਜ ਕਰਾਉਣਾ ਤਾਂ ਰਣੀਕੇ ਵਾਲੇ ਆਮ ਆਦਮੀ ਮੁਹੱਲਾ ਕਲੀਨਿਕ 'ਤੇ ਆ ਜਾਓ। ਰਣੀਕੇ ਵਾਲਿਆਂ ਦਾ ਤਾਂ ਹੁੰਦਾ ਨਹੀਂ, ਅਤੇ ਚੇਨਈ ਵਾਲਿਆਂ ਨੂੰ ਸੱਦੀ ਜਾਂਦੀ। ਇਹ ਤਾਂ ਇਹੋ ਜਿਹੇ ਨੇ ਚੋਰ, ਇਹਨਾਂ ਤੋਂ ਬਚ ਜਾਓ। ਔਰ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ, ਬਾਦਲ ਸਾਹਿਬ ਤੁਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ, ਪੰਜਾਬ ਬਚਾਓ ਛੱਡੋ, ਭਗਵੰਤ ਭਜਾਓ ਯਾਤਰਾ ਸ਼ੁਰੂ ਕਰੋ। ਕਿ ਇਹ ਜਿਹਾ ਬੰਦਾ ਜਿਹੜਾ ਸਵੇਰੇ ਖਾ ਪੀ ਲੈਂਦਾ, ਉਹਨੂੰ ਆਪਦੇ ਟੱਬਰ ਦਾ ਫਿਕਰ ਨਹੀਂ, ਉਹਨੇ ਸਾਡੇ ਪੰਜਾਬ ਦਾ ਕਾਹਦਾ ਫਿਕਰ ਕਰਨਾ? ਖਾਧੀ ਪੀਤੀ 'ਚ ਕੋਈ ਪਰਿਵਾਰ ਸਾਂਭ ਸਕਦਾ? ਦੱਸੋ, ਨਹੀਂ ਸਾਂਭ ਸਕਦਾ ਨਾ। ਜਿਹੜਾ ਖਾਧੀ ਪੀਤੀ 'ਚ ਪਰਿਵਾਰ ਨਹੀਂ ਸਾਂਭ ਸਕਦਾ, ਉਹਨੇ ਪੰਜਾਬ ਕਿੱਥੇ ਸਾਂਭਣਾ? ਮਜੀਠੀਏ ਨੂੰ ਕਹਿੰਦਾ ਅੰਦਰ ਦੇ ਦੇਣਾ, ਦੇ ਦੀ ਅੰਦਰ ਭਾਊ। ਅਤੇ ਜਿਸ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ, ਜਿਸ ਦਿਨ ਪੈ ਗਿਆ ਨਾ, ਲੱਭਣਾ ਨਹੀਂ ਤੂੰ, ਤੂੰ ਇੱਕ ਵਾਰੀ ਛੱਡ, ਤੂੰ ਇੱਕ ਵਾਰੀ ਛੱਡ, ਮੈਨੂੰ ਇੱਕ ਵਾਰੀ ਦੇਗਾ ਮੈਂ ਫੇਰ ਬਾਹਰ ਆ ਜਾਊਂ, ਦੂਜੀ ਵਾਰੀ ਦੇਗਾ ਮੈਂ ਫੇਰ ਬਾਹਰ ਆ ਜਾਊਂ।
ਮਗਰ ਜਿਸ ਦਿਨ ਮੇਰਾ ਹੱਥ ਪੈ ਗਿਆ ਨਾ, ਚੀਕਾਂ ਛੱਡੇ ਦੀ ਤਾਂ ਆਵਾਜ਼ ਨਹੀਂ ਨਿਕਲ ਦੇਣੀ ਮੈਂ, ਚੀਕਾਂ ਤਾਂ ਇਹਦੇ ਨਾਲ ਦਿਆਂ ਦੀ ਨਿਕਲਣਗੀਆਂ ਕਟਾਰੂ ਚੱਕ ਕਰਕੇ ਦੀਆਂ।